मैं पंजाब दा ओ नगर हाँ जिस दे खेड़े खुशियां भाईचारा आपसी सांझ नू सालां तों खोण दियां हथियाउण दियां कोशिशां लगातार जारी रहियां। मेरे भोले मेहनती ते सुची नीयत वाले वासियां ने मेरा नां मेरी पहचान कायम रखी, मेरी जमीन ते महलां वर्गे घर उसारे, जमीन नू जरखेज बना के फसलां नू लहराउण दा अवसर दिता। हुण फिर मेरी खिचो तान हो रही है, फिर मेरे वसनीक एक दूजे वल वेख के सोचन लग पए ने, ओ सहम गए ने किते उन्हां दे राह ना बदल जाण। आओ तुसी भी मेरी गाथा सुनो ते दसो मैं कंदू खेड़ा किवें नबेड़ा करा। सत श्री अकाल, तुसी देख रहे हो आईवा टीवी। मैं हाँ जसपाल मान। इस वेले कंदू खेड़ा दे बॉर्डर दे उत्ते खड़े हुए हैं। कंदू खेड़ा पिंड की हद आई इत्थों शुरू हो जाती है और कंदू खेड़े का वह नारा कंदू खेड़ा करू नबेड़ा सब ने सुनया होएगा, पर इहदा इतिहास की आ इह जानण दी कोशिश करांगे। सन 86 दे विच किवें इह पिंड पंजाब दे लई अगे हो के खड़िया और उस तो बाद किवें इह कहानी चलदी अगे, पूरी कहानी तुहानू पिंड दे मोहतबरां दे जबानी सुनाउण दी कोशिश करदे आ। सन 86 दे विच उदों असल दे विच होया की सीगा जी, पूरा सारी कहानी तफसील च दस्सिओ कंदू खेड़े दे तुहाडे पिंड दी। असल विच तां जी इह सी जी कि हरिमंदर साहब ते सैनिक कारवाई तों बाद और जिहड़े दिल्ली दा जिहड़ा सरकारी नरसंहार तों बाद पंजाब दीआं सिख जथेबंदियां और पंजाब दी जनता और दिल्ली दी जिहड़ी राजीव गांधी सरकार सी इहदे विच जिहड़ा बहुत दुश्मनी जिहड़ी उह जग जाहिर हो चुकी सी। पंजाब दे विच इस करके अतवाद दा दौर जिहड़ा पूरा चल रिहा सी, सरकार जिहड़ी सी इस गल तों बड़ी चिंतित सी और दुखी सी ਵੀ ਕਿਸੇ ਤਰੀਕੇ ਨਾਲ ਇਹਨੂੰ ਟਿਕਾਇਆ ਜਾਵੇ। ਸਾਨੂੰ ਪਤਾ ਲੱਗੇ ਵੀ ਇੱਥੇ ਐਂ ਕਰਕੇ ਕੋਈ ਮਿੰਨੀ ਸੈਂਸਿਸ ਹੋ ਰਹੀ ਹੈ, ਗਿਣਤੀ ਦੇ ਆਧਾਰ 'ਤੇ ਕੁਛ ਹੋ ਰਿਹਾ ਜੀ। ਜੋ ਇਹ ਹਿੰਦੀ ਭਾਸ਼ੀ ਏਰੀਏ ਹੈਗੇ ਹੈ, ਇਹ ਪੰਜਾਬ ਨੂੰ ਹਰਿਆਣੇ ਨੂੰ ਦੇਣ ਦੀ ਔਰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮੁੱਦਾ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਅਤੇ ਸਾਡੇ ਪਹਿਲਾਂ ਹਰਿਆਣੇ ਮੰਤਰੀ ਸਾਹਿਬ ਆਏ, ਘਰ ਵੀ ਆਏ ਸੀ ਜੀ, ਨਹਿਰਾ ਸਾਹਿਬ ਆਏ ਸੀ, ਅਰੋੜਾ ਲਛਮਣ ਦਾਸ ਜੀ ਅਰੋੜਾ ਸਾਹਿਬ ਵੀ ਆਏ ਸੀ। ਸਾਨੂੰ ਵੀ ਥੋੜ੍ਹਾ ਥੋੜ੍ਹਾ ਪਤਾ ਲੱਗਿਆ ਜੀ, ਉਹਨਾਂ ਨੇ ਕਈ ਚੱਕਰ ਵੀ ਲਾਏ ਸਾਡੇ ਪਿੰਡ 'ਚ, ਥੋੜ੍ਹਾ ਮਾਹੌਲ ਵੀ ਐਂ ਹੋਇਆ ਲੱਗਿਆ ਵੀ ਜਿਵੇਂ ਵੀ ਪਤਾ ਨਹੀਂ ਕੀ ਇੱਥੇ ਹੋਊਗਾ ਜੀ। ਜੱਗਾ ਸਿੰਘ ਮੇਰਾ ਨਾਂ ਹੈ ਜੀ, 44 ਸਾਲ ਉਦੋਂ ਮੇਰੀ ਉਮਰ ਸੀ ਉਸ ਟਾਈਮ ਜਦੋਂ ਸਾਡੇ ਪਿੰਡ ਦਾ ਜਨਗਣਨਾ ਹੋਈ ਸੀ। ਅਤੇ ਇੱਥੇ ਉਦੋਂ ਦੋ ਪਾਸਿਆਂ ਦੇ ਮਤਲਬ ਸਾਡੇ ਸਕਾਨਾਂ ਇਹ ਮਿਥ ਲਿਆ ਸੀ ਵੀ ਜੇ ਕੰਦੂ ਖੇੜਾ ਮਤਲਬ ਵੀ ਜੇ ਪੰਜਾਬੀ ਘੱਟ ਪੰਜਾਬੀ ਹੋਈ ਹਿੰਦੂਆਂ ਦਾ ਹੋਇਆ ਤਾਂ ਇੱਥੇ ਮਤਲਬ ਹਰਿਆਣੇ ਨੂੰ ਦਿੱਤਾ ਜਾਏਗਾ, ਜਿਹਦੇ ਪੰਜਾਬੀ ਜ਼ਿਆਦਾ ਬੋਲਦੇ ਸਿੱਖਾਂ ਦੇ ਵਿੱਚ ਤਾਂ ਫਿਰ ਇਹ ਪੰਜਾਬ ਵਿੱਚ ਰਹੇਗਾ, ਇਹਨਾਂ ਦੀ ਪੱਕੀ ਗੱਲ ਹੋਈ ਸੀ। ਫਿਰ ਇਹਦੇ ਵਿੱਚ ਸਾਡੇ ਜਿਹੜੇ ਪਿੰਡ ਦੇ ਸਿੱਖਾਂ ਬੋਹਰ ਫਾਜ਼ਿਲਕਾ ਇਹ ਦੋਵੇਂ ਪਿੰਡ ਵਿੱਚ ਜਾਂ 84 ਪਿੰਡਾਂ ਦੀ ਇਹ ਗੱਲ ਹੋਈ ਸੀ ਇਹਨਾਂ ਦੀ। ਤਾਂ ਰਾਜੀਵ ਗਾਂਧੀ ਦੀ ਸਰਕਾਰ ਨੇ ਪੰਜਾਬ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਨਾਲ ਜਿਹੜੀ ਉਹ ਪਹੁੰਚ ਕੀਤੀ ਵੀ ਕਿਸੇ ਤਰੀਕੇ ਨਾਲ ਸਮਝੌਤਾ ਕੀਤਾ ਜਾਵੇ ਔਰ ਇਹਦੇ ਅਮਨ ਸ਼ਾਂਤੀ ਜਿਹੜੀ ਲਿਆਂਦੀ ਜਾਵੇ। ਔਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਉਹ ਗੱਲ ਠੁਕਰਾ ਦਿੱਤੀ ਔਰ ਉਹਨਾਂ ਵਿੱਚੋਂ ਜਿਹੜਾ ਇੱਕ ਜਿਹੜਾ ਗਰੁੱਪ ਸੀ ਸਰਦਾਰ ਸੁਰਜੀਤ ਸਿੰਘ ਬਰਨਾਲਾ, ਸੰਤ ਲੌਂਗੋਵਾਲ ਅਤੇ ਸਰਦਾਰ ਬਲਵੰਤ ਸਿੰਘ, ਉਹਨਾਂ ਨੇ ਇਹ ਗੱਲ ਜਿਹੜੀ ਸੀ ਉਹ ਸਵੀਕਾਰ ਕਰ ਲਈ ਅਰਜਨ ਸਿੰਘ ਦੇ ਕਹਿਣ 'ਤੇ। ਲੇਕਿਨ ਹੁਣ ਜਿਹੜਾ ਮਸਲਾ ਹੈਗਾ ਜੀ, ਹੁਣ ਅਗਰ ਸਾਨੂੰ ਕੋਈ ਕਹੇ ਵੀ ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ ਜੀ, ਸਾਡਾ ਕੰਦੂ ਖੇੜਾ ਪਿੰਡ ਭਾਵੇਂ ਸਾਰਾ ਹਿੰਦੀ ਭਾਸ਼ੀ ਹੋਵੇ, ਭਾਵੇਂ ਅੱਧਾ ਹੋਵੇ, ਭਾਵੇਂ ਨਾ ਹੀ ਹੋਵੇ ਜੀ, ਲੇਕਿਨ ਅਸੀਂ ਜੰਮੇ ਪਲੇ ਪੰਜਾਬ 'ਚ ਹੈਗੇ ਜੀ, ਪੰਜਾਬ 'ਚ ਹੀ ਜੰਮਿਆ, ਪੰਜਾਬ 'ਚ ਹੀ ਮਰਾਂਗੇ ਜੀ। ਨਾ ਅਸੀਂ ਕਿਤੇ ਜਾਣਾ ਚਾਹੁੰਦੇ ਹੈਗੇ ਜੀ, ਨਾ ਅਸੀਂ ਇਹ ਕਹੀਏ ਵੀ ਜਿਹੜਾ ਆ ਏਰੀਆ ਹੈਗਾ ਹਰਿਆਣੇ ਜਾਵੇ। ਅਤੇ ਉਦੋਂ ਫਿਰ ਇਹਨਾਂ ਨੇ ਹਰਿਆਣੇ ਨੇ ਜਾ ਆਪਣੇ ਭਜਨ ਲਾਲ ਹੁੰਦਾ ਸੀ ਚੌਧਰੀ ਮੁੱਖ ਮੰਤਰੀ, ਉਹਨਾਂ ਨੂੰ ਇੱਥੇ ਸਕੀਮ ਬਣਾਈ ਵੀ ਆਪਾਂ ਇੱਥੇ ਬੰਦੇ 800-700 ਵਾੜ ਕੇ ਜਿਹੜੇ ਮੋਨੇ ਹੋਣ ਤਾਂ ਪਤਾ ਲੱਗੇ ਵੀ ਸਾਰੇ ਹਿੰਦੀ ਬੋਲਣ ਵਾਲੇ, ਇੱਥੇ ਸਿੱਖ ਹੈ ਕੋਈ ਨਹੀਂ। ਪਰ ਇੱਥੋਂ ਜਦੋਂ ਸਾਰੇ ਸਰਕਾਰਾਂ ਨੂੰ ਪਤਾ ਲੱਗਾ ਇਸ ਗੱਲ ਦਾ ਵੀ ਇਹਨਾਂ ਨੇ ਇੱਧਰ ਇਹ ਕੰਮ ਕੀਤਾ, ਫਿਰ ਇਹਨਾਂ ਨੂੰ ਵੀ ਇੱਥੇ ਆਣ ਕੇ ਇੱਥੇ ਆਪਦਾ ਪ੍ਰਬੰਧ ਕੀਤਾ
ਅਤੇ ਉਦੋਂ ਤਾਂ ਇਹ ਬਣਿਆ ਖੜਾ ਸੀ ਜਿਵੇਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਸਾਡਾ ਬਾਰਡਰ ਬਣਿਆ ਖੜਾ ਹੋਵੇ। ਬਾਕੀ ਕੈਪਟਨ ਅਮਰਿੰਦਰ ਸਿੰਘ ਸਾਡੇ ਇੱਥੇ ਨਾਲ ਰਹੇ, ਰਾਤ ਅਸੀਂ ਜਾਂਦੇ ਰਹੇ, ਇਹਨਾਂ ਦੇ ਨਾਲ ਹੀ ਜਾਂਦੇ ਰਹੇ ਹਾਂ, ਗਸ਼ਤ ਕਰਦੇ ਰਹੇ ਸੀ, ਜਦੋਂ ਚਾਹ ਸਾਰੇ ਜਾ ਕੇ ਦੌਰਾ ਕਰਦੇ ਰਹੇ ਸੀ ਇੱਥੇ, ਅਤੇ ਅਸੀਂ ਉਹਦੇ ਨਾਲ ਜਾਂਦੇ ਰਹੇ ਸਾਂ। ਹੋਰ ਪਿੰਡਾਂ ਵਾਲੇ ਰਾਤ ਨੂੰ ਜਾਂਦੇ, ਇੱਕ ਇੱਕ ਦੋ ਦੋ ਵਜੇ ਤੱਕ ਸਾਰੀ ਰਾਤ ਹੀ ਫਿਰਦੇ ਰਹਿੰਦੇ ਸਾਂ ਇੱਥੇ। ਅਰਜਨ ਸਿੰਘ ਜਿਹੜਾ ਉਸ ਵੇਲੇ ਰਾਜੀਵ ਗਾਂਧੀ ਦੇ ਬਹੁਤ ਲਾਗੇ ਸੀ, ਔਰ ਇਹ ਕਰ ਕਰਾ ਕੇ ਅਤੇ 24/7/85 ਨੂੰ ਸੰਤ ਲੌਂਗੋਵਾਲ, ਸਰਦਾਰ ਸੁਰਜੀਤ ਸਿੰਘ ਬਰਨਾਲਾ, ਸਰਦਾਰ ਬਲਵੰਤ ਸਿੰਘ, ਰਾਜੀਵ ਗਾਂਧੀ, ਅਰਜਨ ਸਿੰਘ ਔਰ ਜਿਹੜਾ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਸੀ, ਉਹਨਾਂ ਦੇ ਵਿੱਚ ਇਹ ਸਮਝੌਤਾ ਹੋ ਗਿਆ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਉਹ ਬਰਨਾਲਾ ਸਾਹਿਬ ਦੀ ਬਣਾਈ ਜਾਵੇਗੀ, ਔਰ ਜਿਹੜਾ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇਗਾ, ਔਰ ਪਿੰਡ ਨੂੰ ਇਕਾਈ ਮੰਨ ਕੇ ਕੰਦੂ ਖੜੇ ਦਾ ਔਰ ਗਾਂ ਵਾਲੇ ਪਿੰਡਾਂ ਦਾ ਜਿਹੜਾ ਸਰਵੇਖਣ ਕਰਵਾਇਆ ਜਾਵੇਗਾ। ਜੇ 51% ਹਿੰਦੀ ਭਾਸ਼ੀ ਕੰਦੂ ਖੇੜਾ ਜਾਂ ਵਜੀਤਪੁਰ ਹੋਣਗੇ ਤਾਂ ਇਹ ਇਲਾਕਾ ਹਰਿਆਣਾ ਵੀ ਮਿਲੇਗਾ। ਜੇ ਕੰਦੂ ਖੇੜਾ ਅਤੇ ਵਜੀਤਪੁਰ ਜਿਹੜੇ ਆ ਇਹ 51% ਪੰਜਾਬੀ ਭਾਸ਼ੀ ਹੋਣਗੇ ਅਤੇ ਫਿਰ ਜਿਹੜਾ ਉਹ ਚੰਡੀਗੜ੍ਹ ਪੰਜਾਬ ਦਾ ਹੋਵੇਗਾ ਔਰ ਇਹ ਇਲਾਕਾ ਜਿਹੜਾ ਪੰਜਾਬ 'ਚ ਹੀ ਰਹੇਗਾ। ਕੋਈ ਨਾ ਹੀ ਸਾਡੇ ਲਾਲਚ ਵਾਲਾ ਕੋਈ ਇਹੋ ਜਿਹਾ ਹੈਗਾ ਸੀ, ਨਾ ਹੀ ਕੋਈ ਸਾਡਾ ਪਰਿਵਾਰ ਵੀ ਇਹੋ ਜਿਹਾ ਹੈ ਜਿਸ ਲਾਲਚ ਵਾਲਾ, ਸਿਰਫ ਇੱਕ ਪਰਿਵਾਰਕ ਸਾਂਝ ਸੀ ਜੀ। ਅਸੀਂ ਉਹਨਾਂ ਦੇ ਸਾਡੇ ਪਾਪਾ ਜੀ, ਸਾਡੇ ਦਾਦਾ ਜੀ, ਉਹ ਪਰਿਵਾਰਕ ਸਾਡੀ ਪਾਕਿਸਤਾਨ ਦੀ ਸਾਂਝ ਚੱਲਦੀ ਆ ਰਹੀ ਸੀ, ਉਹਦੇ ਆਧਾਰ 'ਤੇ ਉਹਨਾਂ ਦੇ ਪਿੱਛੇ ਲੱਗ ਗਏ ਜੀ। ਇਸ ਵਾਸਤੇ ਇੱਕ ਜਿਹੜਾ ਕਮਿਸ਼ਨ ਜਿਹੜਾ ਫਿਕਸ ਕੀਤਾ ਗਿਆ ਜਸਟਿਸ ਕੇ ਮੈਥਿਊ ਉਸ ਵੇਲੇ ਤਾਂ ਉਹਦੀ ਜਿਹੜੀ ਉਹ ਨਿਗਰਾਨੀ ਹੇਠ ਜਿਹੜਾ ਸੀ ਉਹ ਇੱਥੇ ਪਿੰਡ ਦਾ ਸਰਵੇਖਣ ਹੋਇਆ 17 ਜਨਵਰੀ 1986 ਨੂੰ। ਉਹਦੇ ਵਿੱਚ ਪੰਜਾਬ ਸਰਕਾਰ ਦੇ ਵੀਡੀਓ ਕੈਮਰਾ ਇੱਕ ਅਤੇ ਇੱਕ ਨਾਲ ਹੀ ਸੈਂਟਰ ਸਰਕਾਰ ਦਾ ਵੀਡੀਓ ਕੈਮਰਾ, ਉਹਦੇ ਦੀ ਡੇਟ ਜਿਹੜੀ ਹੈ ਮਿਥੀ ਗਈ ਔਰ ਡੇਟ ਮਿਥਣ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਉਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਔਰ ਹਰਿਆਣੇ ਦਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਸੀ। ਦੋਨਾਂ ਮੁੱਖ ਮੰਤਰੀਆਂ ਦੀ ਆਸ ਵਿੱਚ ਖੜਕ ਪਈ ਇਸ ਕਰਕੇ ਕਿ ਬਰਨਾਲਾ ਸਾਹਿਬ ਤਾਂ ਚਾਹੁੰਦੇ ਸੀ ਵੀ ਇਹ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਸਰਵੇਖਣ ਹੋਵੇ ਔਰ ਜਿਹੜਾ ਭਜਨ ਲਾਲ ਅੜ ਗਿਆ ਕਿ ਨਹੀਂ CRP ਦੀ ਹੋਵੇ। ਤਾਂ ਉਸ ਵੇਲੇ ਜਿਹੜਾ ਪ੍ਰਕਾਸ਼ ਚੰਦ ਸੇਠੀ ਦੇਸ਼ ਦਾ ਗ੍ਰਹਿ ਮੰਤਰੀ ਸੀ ਔਰ ਅਰੁਣ ਨਹਿਰੂ ਦੇਸ਼ ਦਾ ਗ੍ਰਹਿ ਰਾਜ ਮੰਤਰੀ ਸੀ ਔਰ ਇਹਨਾਂ ਦੋਨਾਂ ਵਜ਼ੀਰਾਂ ਦੀ ਔਰ ਦੋਨਾਂ ਮੁੱਖ ਮੰਤਰੀਆਂ ਦੀ ਇੱਕ ਬੈਠਕ ਹੋਈ ਔਰ ਫਿਰ ਫੈਸਲਾ ਹੋਇਆ ਕਿ ਨਾ ਪੰਜਾਬ ਪੁਲਿਸ ਦੀ ਨਿਗਰਾਨੀ ਨਾ CRP ਦੀ ਨਿਗਰਾਨੀ, ਆਸਾਮ ਰਾਈਫਲ ਮੰਗਾ ਲਓ। ਰਾਈਫਲ ਮੰਗਾਈ ਗਈ ਔਰ ਉਹਦੀ ਨਿਗਰਾਨੀ ਹੇਠ ਜਿਹੜਾ ਸੀ ਉਹ ਜਿਹੜੇ ਸਰਵੇਖਣ ਹੋਇਆ ਔਰ ਬਿਲਕੁਲ ਸ਼ਾਂਤਮਈ ਹੋ ਗਿਆ। ਭਾਵੇਂ ਖਿੱਚੋ ਤਾਂ ਸਰਕਾਰਾਂ ਦੀ ਬਹੁਤ ਸੀ ਪਰ ਕਿਸੇ ਤਰ੍ਹਾਂ ਦਾ ਕੋਈ ਦੰਗਾ ਫਸਾਦ ਇੱਥੇ ਉਦੋਂ ਨਹੀਂ ਹੋਇਆ, ਸ਼ਾਂਤਮਈ ਹੋ ਗਿਆ ਔਰ ਉਹਦਾ ਜਿਹੜਾ ਰਿਜ਼ਲਟ ਆਇਆ ਉਹ ਰਿਜ਼ਲਟ ਆਇਆ 91.09 ਪੰਜਾਬੀ ਔਰ 8.91 ਹਿੰਦੀ ਔਰ ਇਸ ਵਾਸਤੇ ਜਿਹੜਾ ਸੀ ਉਹ ਹਬੋਰ ਫਾਜ਼ਿਲਕਾ ਦਾ ਜਿਹੜਾ ਫੈਸਲਾ ਤਾਂ ਹੋ ਗਿਆ ਅਤੇ ਔਰ ਜਿਹੜਾ ਚੰਡੀਗੜ੍ਹ ਦੇਣ ਤੋਂ ਜਿਹੜੀ ਸੈਂਟਰ ਸਰਕਾਰ ਮੁੱਕਰ ਗਈ। ਅਤੇ ਕੋਈ ਇਸ ਤਰ੍ਹਾਂ ਦੇ ਨਾਲ ਚੌਧਰੀ ਸਾਹਿਬ ਕਿ ਵੀ ਪਿੰਡ ਨੂੰ ਤੁਹਾਡੇ ਲਈ ਆਹ ਕੰਮ ਕਰ ਦਿਆਂਗੇ ਜਾਂ ਕੁਛ ਵਾਅਦੇ ਕੀਤੇ ਹੋਣ ਪੰਜਾਬ ਸਰਕਾਰ ਜਾਂ ਹਰਿਆਣੇ ਵਾਲਿਆਂ ਨੇ, ਕੁਛ ਕੀਤਾ ਸੀ ਇਸ ਤਰ੍ਹਾਂ? ਨਹੀਂ, ਹਰਿਆਣੇ ਸਰਕਾਰ ਨੇ ਵਾਅਦੇ ਚਲੋ ਕਰੇ ਸੀ, ਉਹਨਾਂ ਦੇ ਪੱਲੇ ਵੀ ਕੁਛ ਨਹੀਂ ਪਿਆ, ਲੇਕਿਨ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦੇ ਬਹੁਤ ਕੀਤੇ ਸੀ ਜੀ, ਜਿਹੜਾ ਕਿ ਇੱਕ ਵੀ ਪੂਰਾ ਨਹੀਂ ਹੋਇਆ ਜੀ। ਸਾਰੇ ਪਿੰਡ ਨੂੰ ਜਿੰਨੇ ਵੀ ਬੱਚੇ ਹੈਗੇ ਸਭ ਨੂੰ ਨੌਕਰੀ ਦਾ ਵਾਅਦਾ ਕਰਿਆ ਸੀ, ਜਿੰਨੇ ਪੜ੍ਹੇ ਲਿਖੇ, ਚਲੋ ਉਹ ਤਾਂ ਪੜ੍ਹੇ ਲਿਖੇ, ਦੂਸਰੇ ਨੌਕਰੀ ਕਿਹਨੂੰ ਮਿਲਣੀ ਜੀ, ਜੀ ਜੋ ਇੱਕ ਵੀ ਨਹੀਂ ਲੱਗਿਆ ਜੀ। ਅਤੇ ਉਸ ਵੇਲੇ ਮਤਲਬ ਮਾਹੌਲ ਕਿਵੇਂ ਦਾ ਹੁੰਦਾ ਸੀਗਾ, ਜਿਵੇਂ ਮੰਨ ਲਓ ਪੁਲਿਸ ਫੋਰਸ ਜਾਂ ਪਿੰਡ ਦੇ ਲੋਕ ਕਿਵੇਂ ਦਾ ਮਤਲਬ ਮਾਹੌਲ ਸੀਗਾ ਸਾਰਾ? ਉਸ ਵੇਲੇ ਜੀ ਇੱਕ ਹਰਿਆਣੇ ਵਾਲਿਆਂ ਨੇ ਇੱਕ ਇੱਥੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਯਾਨੀ ਕਿ ਇੱਥੇ ਕੋਈ ਮੀਟਿੰਗਾਂ ਸੱਦ ਕੇ ਉੱਥੇ ਉਸ ਵੇਲੇ ਦਾ ਜਿਹੜਾ ਉੱਥੇ ਦਾ DC ਸੀ ਉਹਨੂੰ ਚੌਧਰੀ ਭਜਨ ਲਾਲ ਨੇ ਆਦੇਸ਼ ਦਿੱਤੇ ਕਿ ਤੂੰ ਬੰਦੇ 500-700 ਤਿਆਰ ਕਰ ਜਿਹੜੇ ਸਰਵੇਖਣ ਵਾਲੇ ਦਿਨ ਕੰਦੂ ਖੇੜੇ 'ਚ ਵੜ ਜਾਣ ਔਰ ਕਲੀਨ ਸੇਵ ਹੋਣ ਅਤੇ ਇੱਥੇ ਹਰੇਕ ਨੂੰ ਇਹ ਹੋਵੇ ਵੀ ਇਹ ਤਾਂ ਸਾਰੇ ਇੱਥੇ ਹਿੰਦੀ ਭਾਸ਼ੀ ਪਿੰਡ ਏ, ਬੰਦੇ ਸਾਰੇ ਇੱਥੇ ਕਲੀਨ ਸੇਵ ਨੇ, ਕਿਉਂਕਿ ਜਿਹੜੇ ਅਫਸਰ ਬਾਹਰ ਦੇ ਲਾਏ ਸੀ ਇੱਥੇ PCS ਅਤੇ IAS ਉਹਨਾਂ ਨੂੰ ਇਹ ਭੁਲੇਖਾ ਪਾਇਆ ਜਾਵੇ। ਔਰ ਜਦੋਂ ਉਹ ਗੱਲ ਲੀਕ ਹੋ ਗਈ ਅਤੇ ਇੱਥੇ ਪੰਜਾਬ ਸਰਕਾਰ ਨੇ ਫਿਰ ਆਪਦਾ ਇੰਤਜ਼ਾਮ ਕਰ ਲਿਆ
इत्थे कोई बाहर का बंदा इत्थे नहीं आउण दित्ता और इत्थे जो पिंड दे लोग सी उन्हां लोकां दे विच ही आपदी शांतमई ढंग नाल सर्वेखण होया और जिहड़ा रिजल्ट तुहानूं मैं दस्सिया ओह आया ਜਦੋਂ ਇੱਕ ਵਾਧੀ ਇਹਨਾਂ ਦੀ 92-93% ਆ ਗਈ ਤਾਂ ਫਿਰ ਉਹਨੇ ਕਹਿੰਦੇ ਸਰਕਾਰਾਂ ਦੇ ਕੰਮ ਜੇ ਧੱਕਾ ਕਰਨੇ ਫਿਰ ਇਹਨਾਂ ਦੀ ਮਰਜ਼ੀ ਹੈ ਮੈਂ ਕਿਹਾ ਸਾਡੇ ਨਹੀਂ ਹੈਗਾ ਕੋਈ ਵੀ ਇਹੋ ਜਿਹਾ ਗੱਲ ਇੱਥੇ ਵੀ ਕੋਈ ਹੋਰ ਬੰਦਾ ਕੋਈ ਕਿਸੇ ਤਰ੍ਹਾਂ ਪਾਉਂਦੇ ਹੋਵੇ ਬਾਕੀ ਸਰਕਾਰ ਨੇ ਸਾਡਾ ਕੁਛ ਨਹੀਂ ਕੀਤਾ ਜਿਵੇਂ ਕੁਰਬਾਨੀ ਪਿੰਡ ਨੇ ਦਿੱਤੀ ਸੀ ਜਿਵੇਂ ਆਉਂਦੇ ਵੀ ਤੁਹਾਡੇ ਇੱਥੇ ਮੁੰਡੇ ਜਿੰਨੇ ਪੜ੍ਹੇ ਨੂੰ ਸਾਰੇ ਅਸੀਂ ਇੱਥੇ ਨੌਕਰੀਆਂ ਲਾਵਾਂਗੇ ਸਕੂਲ ਬਣਾਵਾਂਗੇ ਤੁਹਾਡਾ ਵੱਡਾ ਉਹ ਸਕੂਲ ਵੀ ਇੱਥੇ ਕੋਈ ਨਾ ਹੋਰ ਕਿਸੇ ਪਾਸੇ ਦੇ ਦਿੱਤਾ ਹਸਪਤਾਲ ਬਣਾਵਾਂਗੇ 25 ਬਿਸਤਰ ਨਾਲ ਉਹ ਹਸਪਤਾਲ ਵੀ ਇਹਨਾਂ ਨੇ ਕਿਸੇ ਹੋਰ ਥਾਂ 'ਤੇ ਦੇ ਦਿੱਤਾ ਹੈ ਸਾਡੇ ਪਿੰਡ ਨੂੰ ਇਹਨਾਂ ਨੇ ਇਸ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕਿਉਂਕਿ ਸਾਰੀ ਗੱਲ ਹੀ ਕੰਦੂ ਖੜਦੇ ਸੀ ਵੀ ਜੇ ਕੰਦੂ ਖੜਾ 50% ਹਿੰਦੀ ਪਾਸੀ ਹੁੰਦਾ ਤਾਂ ਫਿਰ ਤਾਂ ਇਹ ਸਾਰਾ ਇਲਾਕਾ ਗਿਆ ਸੀ ਤਾਂ ਚਲੋ ਉਹ ਕਿਸਮਤ ਜਿਹੜੀ ਉਹ ਪੰਜਾਬ ਦੀ ਚੰਗੀ ਸੀ ਵੀ ਜਿਹੜਾ ਕੰਦੂ ਖੜੇ ਪਿੰਡ ਦਾ ਸਰਵੇਖਣ ਹੋ ਗਿਆ ਅਤੇ ਔਰ ਜਿਹੜਾ ਸਾਰੇ ਭੁਲੇਖਾ ਨਿਕਲ ਗਿਆ ਔਰ ਜਿਹੜੀ ਉਹਦੀ ਆਈ ਰਿਪੋਰਟ ਆਈ ਉਹ 91.09 ਦੀ ਆ ਗਈ ਔਰ ਜਿਹੜੀ ਹਿੰਦੀ ਭਾਸ਼ਾ ਦੀ ਰਿਪੋਰਟ ਆਈ ਉਹ 8.91 ਦੀ ਆ ਗਈ ਅਤੇ ਇਸ ਦਾ ਸਦਾ ਵਾਸਤੇ ਫੈਸਲਾ ਹੋ ਗਿਆ।